ਸੌਕ ਏਡ ਦੀ ਵਰਤੋਂ ਕਰਨਾ ਚੂਲੇ ਦੀ ਸਰਜਰੀ ਤੋਂ ਬਾਅਦ ਜੁਰਾਬਾਂ ਪੈਣ ਲਈ ਪਹਿਲੇ 3 ਮਹੀਨਿਆਂ ਲਈ ਤੁਹਾਨੂੰ ਸੌਕ ਏਡ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਗੋਡੇ ਦੀ ਸਰਜਰੀ ਤੋਂ ਬਾਅਦ ਇਹ ਬਹੁਤ ਲਾਹੇਵੰਦ ਹੋ ਸਕਦੀ ਹੈ ਜੁਰਾਬ ਨੂੰ ਸੌਕ ਏਡ ਉੱਪਰ ਚੜਾਓ ਜੁਰਾਬ ਦਾ ਅੱਡੀ ਵਾਲਾ ਹਿੱਸਾ ਸੌਕ ਏਡ ਦੇ ਗੋਲ ਥਲੜੇ ਪਾਸੇ ਵੱਲ ਹੋਣਾ ਚਾਹੀਦਾ ਹੈ ਅਤੇ 1 ਇੰਚ ਜੁਰਾਬ ਆਸੇ-ਪਾਸੇ ਇਕੱਠੀ ਹੋਈ ਹੋਣੀ ਚਾਹੀਦੀ ਹੈ ਡੋਰੀ ਫੜ ਕੇ ਰੱਖੋ ਅਤੇ ਸੌਕ ਏਡ ਨੂੰ ਜ਼ਮੀਨ ਤੇ ਰੱਖੋ ਹੌਲੀ ਹੌਲੀ ਆਪਣਾ ਪੈਰ ਜੁਰਾਬ ਵਿੱਚ ਉਦੋਂ ਤੱਕ ਪਾਓ ਜਦੋਂ ਤੱਕ ਤੁਹਾਡਾ ਪੰਜਾ ਜੁਰਾਬ ਦੇ ਅਗਲੇ ਹਿੱਸੇ ਨੂੰ ਨਾ ਛੂਹੇ ਹੁਣ ਡੋਰੀ ਖਿੱਚੋ ਸੌਕ ਏਡ ਬਾਹਰ ਨਿਕਲ ਜਾਂਦੀ ਹੈ ਅਤੇ ਜੁਰਾਬ ਪੈਰ ਉੱਪਰ ਪੈ ਜਾਂਦੀ ਹੈ ਜੁਰਾਬਾਂ ਉਤਾਰਨ ਲਈ ਅੱਡੀ ਦੇ ਪਿੱਛੇ ਜੁਰਾਬ ਅੰਦਰ ਲੰਮਾ ਸ਼ੂ ਹੌਰਨ ਖਿਸਕਾਓ